ਪਾਰਟੀ ਦਾ ਆਪਣਾ ਡਿਸੀਜ਼ਨ ਹੈਗਾ, ਕਿਉਂਕਿ ਪ੍ਰੋਬਲਮ ਇਹ ਆ ਕਿ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਅਲਾਈਜ਼ ਵੀ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਜਿਹਨੂੰ ਉਹ ਰੱਖਦੇ ਆ ਉਹਦਾ ਹੀ ਬਿਲਕੁਲ ਸੱਤਿਆਨਾਸ ਮਾਰ ਕੇ ਰੱਖਦੇ ਆ। ਮਤਲਬ ਆਪਣੇ ਗੁਆਂਢੀ ਹਰਿਆਣੇ ਦੇ ਵਿੱਚ ਹੀ ਦੇਖ ਲਓ, ਆ ਜੇ ਜੇ ਪੀ ਦਾ ਕੀ ਹੋਇਆ, ਅਕਾਲੀ ਦਲ ਦਾ ਕੀ ਹੋਇਆ। ਉਹਨਾਂ ਨੇ ਐਕਚੁਅਲੀ ਦੇਖੋ, ਅਕਾਲੀ ਦਲ ਮੈਂ ਕਹਿੰਦਾ ਰੀਜਨਲ ਪਾਰਟੀ ਆ, ਅਕਾਲੀ ਦਲ ਜ਼ਰੂਰ ਸਟਰੋਂਗ ਹੋਣਾ ਚਾਹੀਦਾ, ਬਟ ਬ੍ਰੈਂਡ ਬਦਲਣਾ ਪਊਗਾ। ਇਹ ਨਾ ਬ੍ਰੈਂਡ ਬਦਲਣ ਨੂੰ ਤਿਆਰ ਹੈ ਅਤੇ ਨਾ ਇਹਨਾਂ ਦਾ ਸਰਵਾਈਵਲ ਔਰ ਰਿਵਾਈਵਲ ਜਿਹੜਾ ਉਹ ਹੋਣ। ਪ੍ਰਗਟ ਜੀ, ਤੁਸੀਂ ਕੈਪਟਨ ਰਹੇ ਹੋ, ਕੈਪਟਨ ਦੇ ਲਈ ਰਾਈਟ ਫਾਰਵਰਡ ਜਿਹੜਾ ਬੰਦਾ ਹੁੰਦਾ ਬਹੁਤ ਜ਼ਰੂਰੀ ਹੁੰਦਾ ਟੀਮ ਦੇ ਵਿੱਚ, ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆ ਰਹੇ। ਦੇਖੋ, ਉਹਨਾਂ ਦੀ ਵਾਈਫ ਕਿਉਂਕਿ ਕੈਂਸਰ ਦੇ ਪੇਸ਼ੈਂਟ ਹੈਗੇ ਆ, ਮੈਨੂੰ ਲੱਗਦਾ ਉਹਦੇ 'ਚ ਵੀ ਬਿਜ਼ੀ ਹੈਗੇ ਆ। ਅਤੇ ਤੁਸੀਂ ਅਗਲੀ ਗੱਲ ਕਹੋਗੇ ਵੀ ਹੁਣ ਉਹ ਕਮੈਂਟਰੀ ਕਰ ਰਹੇ ਆ, ਕਿਉਂਕਿ ਕਈ ਨੇਤਾ ਤਾਂ ਰੋਜ਼ੀ ਰੋਟੀ ਪੋਲੀਟਿਕਸ ਤੋਂ ਕਮਾਉਂਦੇ ਆ, ਪਰ ਕੁਛ ਇੱਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਰੋਜ਼ੀ ਰੋਟੀ ਜਿਹੜੇ ਆਪਣੇ ਪ੍ਰੋਫੈਸ਼ਨ ਤੋਂ ਕਮਾਉਂਦੇ ਆ। ਸੋ ਮੈਂ ਇੰਨਾ ਕੀ ਕਹਿਣਾ ਚਾਹੁੰਦਾ। ਸਰ, ਲੋਕ ਸਭਾ ਚੁਣਾਵ ਦੀ ਤਿਆਰੀਆਂ ਮੈਂ ਆਪ ਵੀ ਜੁਟੇ ਹਾਂ। ਦੇਖੋ, ਲਾਅ ਐਂਡ ਆਰਡਰ ਜਿਹੜੀ ਆ ਬੇਸਿਕਲੀ ਇਹ ਸਾਰੀ, ਕਿਉਂਕਿ ਦੇਖੋ ਇੱਕ ਮੈਂ ਪਹਿਲਾਂ ਵੀ ਕਿਹਾ ਸੀ, ਇੱਕ ਫੀਤਾ ਕੱਟਣਾ ਅਲੱਗ ਗੱਲ ਹੈ, ਉਹਦੇ 'ਤੇ ਮਾਇੰਡ ਅਪਲਾਈ ਕਰਕੇ ਉਹਦੇ 'ਤੇ ਬੈਠ ਕੇ ਉਹਦੇ 'ਤੇ ਸੁਹਿਰਦਤਾ ਦੇ ਨਾਲ ਅੱਗੇ ਵਧਣਾ। ਕਿਉਂਕਿ ਸਾਡੇ ਤਾਂ ਕਈ ਵਾਰੀ ਚੀਫ ਮਿਨਿਸਟਰ ਸਾਹਿਬ ਉਹ ਵੀ ਸਟੇਟਮੈਂਟ ਦੇ ਦਿੰਦੇ ਆ, ਜਾਂ ਤਾਂ ਇਹਨਾਂ ਦੇ ਕੋਈ ਮੀਡੀਆ ਐਡਵਾਈਜ਼ਰਾਂ ਦੀ ਪ੍ਰੋਬਲਮ ਹੈ, ਜਾਂ ਇਹਨਾਂ ਦੇ ਐਡਵਾਈਜ਼ਰਸ ਦੀ ਪ੍ਰੋਬਲਮ ਹੈ ਕਿ ਇਹਨਾਂ ਨੇ ਕਹਿਤਾ ਵੀ ਤੁਹਾਨੂੰ NOC ਨਹੀਂ ਚਾਹੀਦਾ ਜੇ ਤੁਸੀਂ ਰਜਿਸਟਰੀ ਕਰਾਉਣੀ ਆ। ਅੱਛਾ, ਉਹ ਕੇਸ ਪੈਂਡਿੰਗ ਹਾਈ ਕੋਰਟ ਦੇ ਵਿੱਚ ਸੀਗਾ। ਸੋ ਮੈਨੂੰ ਲੱਗਦਾ ਕਿ ਦੇ ਹੈਵ ਟੂ ਰੀਅਲੀ ਸੀਰੀਅਸਲੀ ਥਿੰਕ ਕਿ ਅਸੀਂ ਸਰਕਾਰ ਰਨ ਕਰਦੇ ਹਾਂ, ਅਸੀਂ ਕੋਈ ਕਮੇਡੀ ਸ਼ੋਅ ਜਿਹੜਾ ਉਹ ਨਹੀਂ ਰਨ ਕਰਦੇ। ਸਰ, ਪੰਜਾਬ ਮੇਂ ਰੁਝਾਨ ਕੈਸਾ ਦਿਖ ਰਹਾ ਹੈ ਆਪਕੋ, ਕਿਉਂਕਿ ਮਾਨ ਸਾਹਿਬ ਕਹਿ ਰਹੇ ਹੈ ਕਿ 13 ਕੀ 13 ਸੀਟੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਦੇਖੋ, ਮੇਰੇ ਕੋ ਤੋ ਸਕੋਰ ਕਾ ਪਤਾ ਹੈ, ਕਈ ਵਾਰੀ 0 ਆਗੇ ਆ ਜਾਂਦੀ ਹੈ, 13 ਪਿੱਛੇ ਚਲੇ ਜਾਂਦੇ। ਪ੍ਰਗਟ ਜੀ, ਇੱਕ ਆਖਰੀ ਸਵਾਲ, ਜਿਸ ਤਰੀਕੇ ਨਾਲ ਕਾਂਗਰਸ ਨੇ ਸ਼ਫਲ ਕੀਤਾ ਹੈਗਾ, ਬਠਿੰਡੇ ਵਾਲੇ ਬੰਦੇ ਲੁਧਿਆਣੇ ਭੇਜਤੇ, ਸੰਗਰੂਰ ਵਾਲੇ ਅਨੰਦਪੁਰ ਭੇਜਤੇ, ਕੀ ਇਹ ਪੈਂਤੜਾ ਸਫਲ ਹੋਊਗਾ ਤੁਹਾਡੇ ਹਿਸਾਬ? ਦੇਖੋ, ਅਲਟੀਮੇਟਲੀ ਇਹ ਜਿਹੜੇ ਇਸ਼ੂਜ਼ ਹੈ ਇਹ ਕੋਈ ਗਲੀ ਮੁਹੱਲੇ ਦੇ ਕਾਰਪੋਰੇਸ਼ਨ ਦੇ ਇਸ਼ੂਜ਼ ਨਹੀਂ ਆ, ਇਹ ਸਾਡੀ ਸਟੇਟ ਦੇ ਸਾਡੇ ਦੇਸ਼ ਦੇ ਇਹ ਇਸ਼ੂਜ਼ ਹੈ। ਮੈਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਉਸ ਇਸ਼ੂ ਨੂੰ ਬੈਟਰ ਐਡਰੈਸ ਕਰ ਸਕਦਾ ਹੋਵੇ ਐਂਡ ਪੰਜਾਬ ਦਾ ਹੋਵੇ, ਅਤੇ ਉਹਦੇ ਲਈ ਮੈਨੂੰ ਇਹ ਕੋਈ ਪ੍ਰੋਬਲਮ ਨਹੀਂ ਲੱਗਦੀ। ਦੇਖੋ, ਆਪਾਂ ਉਸ ਪੋਲੀਟਿਕਸ ਦੀ ਗੱਲ ਕਰਦੇ ਹਾਂ ਵੀ ਜਿਹਦੇ ਵਿੱਚ ਸਾਡੇ ਕਈ ਲੀਡਰ ਵੀ ਬੜਾ ਮੋਟਾ ਗੁੱਸਾ ਜ਼ਾਹਰ ਕਰਦੇ ਆ ਵੀ ਦੇਖੋ ਜੀ ਇਹ ਫਲਾਨੀ ਜਗ੍ਹਾ ਤੋਂ ਆ ਗਿਆ, ਫਲਾਨੀ ਜਗ੍ਹਾ ਤੋਂ ਆ ਗਿਆ। ਮੈਨੂੰ ਉਹਦੇ ਨਾਲੋਂ ਵੀ ਜਿਹੜੇ ਇਸ਼ੂਜ਼ ਨੂੰ ਐਡਰੈਸ ਕਰਨਾ, ਜੇ ਸੁਖਪਾਲ ਖਹਿਰੇ ਦੀ ਗੱਲ ਕਰ ਲਈਏ, ਚਾਹੇ ਰਾਜਾ ਬੜਿੰਗ ਦੀ ਕਰ ਲਈਏ, ਚਾਹੇ ਸੁੱਖੀ ਦੀ ਗੱਲ ਸੁਖਜਿੰਦਰ ਰੰਧਾਵਾ ਦੀ ਕਰ ਲਈਏ, ਚਾਹੇ ਗਾਂਧੀ ਜੀ ਦੀ ਕਰ ਲਈਏ। ਸੋ ਮੈਨੂੰ ਲੱਗਦਾ ਕਿ ਇਹ ਬੰਦੇ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਆਰਡੀਨੇਟ ਕਰਕੇ ਸਟੇਟ ਕਾਂਗਰਸ ਤੋਂ ਅਤੇ ਸਰਕਾਰ ਜਿਹੜੀ ਉਹ ਕਾਂਗਰਸ ਦੀ ਆ ਰਹੀ ਆ ਔਰ ਜਿਹੜੇ ਪੰਜਾਬ ਦੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਐਡਰੈਸ ਜ਼ਰੂਰ ਕਰਵਾਉਣ। ਹਰਿਆਣਾ ਦੀ ਸਰਕਾਰ ਅਲਪ ਮਤ ਮੇਂ ਹੈ ਸਰ, ਮੁੱਖ ਵਿਪਕਸ਼ ਪਾਰਟੀ ਕਾਂਗਰਸ ਹੀ ਹੈ, ਤਾਂ ਕਾਂਗਰਸ ਕੀ ਤਰਫ ਸੇ ਕਿਤਨੀ ਜਲਦੀ ਕਦਮ ਉਠਾਇਆ ਜਾਏਗਾ ਕਿ ਫਲੋਰ ਟੈਸਟ ਕੀ ਮੰਗ ਕੀ ਜਾਏ? ਦੇਖੋ, ਕਾਂਗਰਸ ਕੋ ਨਾ ਕਈ ਵਾਰ ਜਲਦੀ ਨਹੀਂ ਹੁੰਦੀ, ਮੈਂ ਤਾਂ ਬਹੁਤ ਠਹਿਰਾਵ ਕੇ ਸਾਥ ਖੇਲਣੇ ਵਾਲਾ ਬੰਦਾ ਹੂੰ, ਵੈਸੇ ਵੀ ਠਹਿਰਾਵ ਕੇ ਸਾਥ ਖੇਲਣਾ ਚਾਹੀਏ, ਬਹੁਤ ਜਲਦੀ ਨਹੀਂ ਕਰਨੀ ਚਾਹੀਏ, ਕਿਉਂਕਿ ਕਈ ਵਾਰ ਐਸੇ ਲੋਕ ਹੋਤੇ ਹੈ ਜੋ ਆਪਣੇ ਭਾਰ ਸੇ ਖੁਦ ਹੀ ਗਿਰ ਜਾਤੇ। ਟਹਿਲਕਾ ਨਿਊਜ਼, ਜੇਕਰ ਸੱਚ ਲਿਖਣਾ ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਟਹਿਲਕਾ ਨਿਊਜ਼ ਬਾਗੀ ਹੈ।
ਤਾਂ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।